ਮੇਰਾ ਨਾਮ ਬਲਜੀਤ ਸਿੰਘ, ਪਿੰਡ ਘੁੱਦਾ ਜੀ। ਮੇਰੀ ਗੱਲ ਸੁਣੋ ਜੀ, ਕੋਈ ਮਸਲਾ ਹੈ ਉਹ ਐਂ ਨਹੀਂ ਹੁੰਦਾ ਹੁੰਦਾ। ਅੱਜ ਕਰੋੜਾਂ ਅਰਬਾਂ ਰੁਪਈਆਂ ਦਾ ਤੇਲ ਇਹ ਟਰੈਕਟਰਾਂ 'ਚ ਫੂਕਿਆ ਗਿਆ, ਆਹ ਜਿਹੜੀ ਟ੍ਰੈਫਿਕ ਹੈ ਇਹ ਜਾਮ ਕੀਤੀ ਗਈ। ਇਹ ਗੱਲ ਉਹ ਨਹੀਂ ਹੋ ਸਕਦੀ ਇਹਨਾਂ ਦੇ ਲੀਡਰਾਂ ਨਾਲ। ਅੱਜ ਕਿੰਨੇ ਤੜਫ ਰਹੇ ਹੈ, ਹੈਂ, ਆਹ ਮਰੀਜ਼ ਹੈ ਹਸਪਤਾਲਾਂ 'ਚ ਜਾਣੇ ਆ ਤੜਫਦੇ ਆ, ਔਰ ਉਹਨਾਂ ਨੂੰ ਬਾਈ ਜਿਹੜੀ ਇਹ ਗੱਲ ਹੈ ਇਹ ਬੈਠ ਕੇ ਵੀ ਹੋ ਸਕਦੀ ਹੈ। ਆਹ ਇੰਨਾ ਪ੍ਰੋਸੈਸ ਦਿੱਲੀ ਇੱਕ ਸਾਲ ਆਏ ਅਤੇ ਉਦੋਂ ਕੀ ਹੋਇਆ, ਹੁਣ ਕੀ ਹੋਊਗਾ? ਇਹ ਲੋਕਾਂ ਨੂੰ ਤਪਾਉਣ ਵਾਲੀ ਗੱਲ ਹੈ। ਸਾਰੀ ਉਮਰ ਧਰਨੇ ਲਾਉਣਗੇ, ਇਹਦਾ ਮਸਲਾ ਹੱਲ ਕੋਈ ਨਹੀਂ ਹੈ। ਸਿੱਧੀ ਜੀ ਗੱਲ ਹੈ, ਲੋਕਾਂ ਨੂੰ ਤਪਾ ਰਹੇ ਹੈ। ਮੈਂ ਤਾਂ ਆਪ ਆਖੀ ਜਾਂਦਾ ਵੀ ਆਹ ਮਰੀਜ਼ ਹੈ ਜਿਹੜੇ ਸਾਰੇ ਤੜਫ ਰਹੇ ਹੈ, ਹੁਣ ਤੁਸੀਂ ਉਹ ਜ਼ਰੂਰੀ ਹੈ ਕਿ ਇਹਨਾਂ ਨੂੰ ਟਪਾਉਣਾ ਜ਼ਰੂਰੀ ਹੈ। ਮੈਂ ਤਾਂ ਪੁਲਿਸ ਨੂੰ ਵੀ ਕਹਿਣਾ ਵੀ ਇਹਨਾਂ ਨੂੰ ਰੋਕੋ ਕਿ ਨਾ, ਉਹਨਾਂ ਨੂੰ ਟਪਾਓ ਵਿਚਾਰਿਆਂ ਨੂੰ। ਤੜਫ ਰਹੇ ਹੈ ਲੋਕ, ਕੀ ਕਰ ਰਹੇ ਹੈ? ਲੋਕ ਭੁੱਖੇ ਮਰ ਰਹੇ ਹੈ, ਹੈਂ। ਇੰਨਾ ਤੇਲ ਫੂਕਿਆ ਗਿਆ, ਅੱਜ ਉਹਨਾਂ ਦੀ ਉਹੀ ਮਦਦ ਕੀਤੀ ਜਾਂਦੀ ਹੈ। ਇਹ ਜੇ ਕਿਸੇ ਦੇ ਦੋ ਕਨਾਲ ਆਖ ਦੀਏ ਨਾ, ਇਹਨਾਂ ਨੂੰ ਬਾਅਦ ਹੋ ਜਾ ਰਹੇ, ਗਰੀਬ ਨਹੀਂ ਪਾਉਂਦੇ, ਅੱਜ ਇੱਥੇ ਉਹੀ ਉਹ ਕਰੀ ਜਾਂਦੇ ਆ। ਕੋਈ ਗੱਲ ਬਣੀ ਇਹ? ਇਹ ਮਸਲਾ ਨਹੀਂ ਹੋਣਾ ਹੱਲ, ਟਰੈਕਟਰ ਜਿੰਨੇ ਮਰਜ਼ੀ ਕਰੀ ਜਾਣ। ਜਦੋਂ ਮੈਂ ਕਿਸਾਨ ਹੈ, ਮੇਰਾ ਮੁੰਡਾ ਖੇਤੀ ਕਰਨ ਨੂੰ ਤਿਆਰ ਨਹੀਂ, ਕਿਸਾਨ ਦਾ ਪੁੱਤ ਕਿਸਾਨ ਖੇਤੀ ਕਰਨ ਨੂੰ ਤਿਆਰ ਨਹੀਂ, ਫਿਰ ਮਸਲੇ ਹੱਲ ਕਿਵੇਂ ਹੋਣਗੇ? ਅਸੀਂ ਕਰਜ਼ਾ ਲਈ ਜਾਂਦੇ ਹਾਂ, ਕੋਠੀਆਂ ਪਾਈ ਜਾਂਦੇ ਹਾਂ, ਮਾਫ਼ ਕਰ ਦਿਓ, ਕੀ ਦਲੀਲ ਹੋਈ ਇਹ? ਅੱਜ ਜੇ ਮੈਥੋਂ ਕੋਈ ਪੈਸੇ ਲਵੇ ਮੈਨੂੰ ਆ ਕੇ ਕੋਈ ਮਾਫ਼ ਕਰਦੇ, ਨਹੀਂ ਹੁੰਦਾ ਇਹ। ਸਹੀ ਗੱਲ ਕਰਨੀ ਚਾਹੀਦੀ ਹੈ, ਇਹ ਨਹੀਂ ਮਿਲ ਰਿਹਾ, ਬਹੁਤ ਧੱਕੇ ਸਹੀ ਹੋ ਰਹੀ ਹੈ। ਹਾਂਜੀ, ਇਹਨਾਂ ਵਕਤ ਬਹੁਤ ਗਲਤ ਗੱਲ ਆ ਜੀ ਇਹ। ਨਹੀਂ, ਮਰੀਜ਼ਾਂ ਨੂੰ ਰਸਤਾ ਮਿਲਣਾ ਚਾਹੀਦਾ, ਜੇ ਦੇ ਨਹੀਂ ਰਹੇ ਜੀ ਕਰਦੇ ਆ ਕੁਛ। ਮਰੀਜ਼ ਮੈਂ ਲਾ ਕੇ ਆਇਆ ਪਿੱਛੇ, ਭੈਣ ਦੇ ਨਾਲ ਬਿਮਾਰ ਸੀ, ਏਡਾ ਐਮਰਜੈਂਸੀ ਮਰੀਜ਼ ਸੀਗਾ, ਕਿਸੇ ਪਾਸੇ ਐਮਜ ਨੂੰ ਲੰਘਣ ਨੂੰ ਲੰਘਾ ਨੀਗਾ। ਲੱਗਦਾ ਨਹੀਂ ਮੇਰੇ ਧਰਨੇ ਇਹਨਾਂ ਨੂੰ ਬਦਲਣਾ ਚਾਹੀਦਾ ਤਰੀਕਾ ਕਿਸੇ ਲੀਡਰ। ਯੇ ਧਰਨਾ ਪ੍ਰਦਰਸ਼ਨ ਅੱਛੀ ਬਾਤ ਹੈ, ਪ੍ਰਸ਼ਾਸਨ ਸੋਇਆ ਹੁਆ ਹੈਗਾ, ਜੋ ਇਤਨਾ ਟ੍ਰੈਫਿਕ ਥਾ ਤੋ ਬੜਾ ਟ੍ਰੈਫਿਕ ਬੰਦ ਕਰ ਸਕਤੇ ਥੇ, ਹੈ। ਪ੍ਰਸ਼ਾਸਨ ਬੋਲਤਾ ਹੈ ਯੇ ਮਾਨਸਾ ਰੋਡ ਯੇ ਏਕ ਹੀ ਹੈ, ਔਰ ਯੇ ਬੋਲਤਾ ਹੈ ਬੋਲੇ ਗਾੜੀਆਂ ਤੋ ਕਹਾਂ ਜਾਏਂਗੀ, ਗਾੜੀਆਂ ਮਾਨਸਾ ਰੋਡ ਪੇ ਜਾਣਾ ਹੈ, ਨਹੀਂ ਉੱਪਰ ਸੇ ਬਈਏ, ਉੱਪਰ ਸੇ ਦਿਖਾ ਰਹਾ ਸਭ। ਧਰਨਾ ਅੱਛੀ ਬਾਤ, ਪਰੇਸ਼ਾਨੀ ਸਭ ਕੋਈ ਹੈ। ਵੀਰ ਜੀ ਪੌਣਾ ਘੰਟਾ ਹੋ ਗਿਆ ਪੂਰਾ ਜੀ, ਕਹਿਣਾ ਕੀ ਚਾਹੁੰਦੇ ਸਰ ਜੀ? ਜਾਮ ਵੇਖੋ ਕਿੰਨਾ ਹੈਗਾ, ਬਹੁਤ ਜ਼ਿਆਦਾ ਸਰ, ਬਹੁਤ ਹੀ ਜ਼ਿਆਦਾ। ਇਹ ਸਰ ਮੈਨੂੰ ਆਪ ਨਹੀਂ ਪਤਾ ਹੈਗਾ, ਅਤੇ ਜਾਮ ਬਹੁਤ ਜ਼ਿਆਦਾ ਹੋਇਆ ਪਿਆ, ਪੌਣਾ ਘੰਟਾ ਹੋ ਗਿਆ ਲਾਈਨ 'ਚ ਲੱਗੇ ਨੂੰ। ਬਦਲਣਾ ਚਾਹੀਦਾ ਸਰ ਬਿਲਕੁਲ, ਇੱਕ ਪਾਸੇ ਮਤਲਬ ਟਰੈਕਟਰ ਚੱਲੇ ਜਾਂਦੇ, ਇੱਕ ਪਾਸੇ ਗੱਡੀਆਂ ਜਾਣੀਆਂ ਚਾਹੀਦੀਆਂ ਜੀ। ਬਿਲਕੁਲ ਸਰ ਬਿਲਕੁਲ, ਬਹੁਤ ਜ਼ਿਆਦਾ ਸਰ, ਬਹੁਤ ਜ਼ਿਆਦਾ, ਬਹੁਤ ਜ਼ਿਆਦਾ ਤੇਲ ਮੱਚਦਾ, ਪੌਣਾ ਘੰਟਾ ਹੋ ਗਿਆ ਸਟਾਰਟ ਖੜੀ ਗੱਡੀ ਨੂੰ ਜੀ, ਮਾਨਸੇ ਜਾਣਾ ਸਰ। ਹਾਂ ਬਹੁਤ ਜਾਮ ਹੈ, ਪਰੇਸ਼ਾਨੀ ਪੂਰੀ ਹੋ ਰਹੀ ਹੈ ਜੀ। ਇਹ ਧਰਨੇ ਲਾਉਂਦੀਆਂ, ਹੁਣ ਇਹਨਾਂ ਨੂੰ ਹੱਕ ਇਹਨਾਂ ਦੇ ਦੇਣੇ ਚਾਹੀਦੇ ਆ, ਆਪਦੀ ਆਪ ਹੀ ਦੇਣੇ ਚਾਹੀਦੇ। ਦੋ ਘੰਟੇ ਹੋ ਗਏ ਜਾਮ ਮੇ ਫਸੇ ਹੋਏ, ਹਮਾਰੀ ਟ੍ਰੇਨ ਵੀ ਨਿਕਲ ਗਈ ਜੀ, ਹਮਨੇ ਤਾਂ ਬਹੁਤ ਦੂਰ ਜਾਣਾ ਥਾ। ਇੱਕ ਘੰਟਾ ਹੋ ਗਿਆ ਬਾਈ, ਬਹੁਤ ਪਰੇਸ਼ਾਨੀ ਹੈ, ਦੇਖ ਲਓ ਆਪਾਂ ਸਾਹਮਣਾ ਹੀ ਹੈ, ਹੈ ਬੇਲੜ ਆਦਮੀ, ਇਹਨਾਂ ਦਾ ਕੰਮ ਤਾਂ ਹੈ ਨਹੀਂ ਕੋਈ ਹੋਰ, ਆਮ ਜਨਤਾ ਪਰੇਸ਼ਾਨ ਹੋ ਰਹੀ ਹੈ, ਇਹਦੀ ਆਪਣੇ ਸੁੱਖ ਪਗਾਉਣ ਹੋ ਰਹੇ ਹੈ। ਮੈਂ ਪਟਿਆਲੇ ਜਾਣਾ ਯਾਰ, ਸਾਰੀ ਰਾਤ ਗੱਡੀ ਚਲਾਓ, ਸਵੇਰੇ ਫਿਰ ਦੂਸਰੀ ਡਿਲੀਵਰੀ ਦੇਣੀ ਹੈ ਗੱਡੀ ਕੀ, ਪਟਿਆਲੇ ਕੀ ਕਹਾਂ ਡਿਲੀਵਰੀ ਦੇਵੇਗਾ ਬੰਦਾ? ਦੇਣਾ ਤਾਂ ਇਹ ਸਭ ਬਕਵਾਸ ਹੈ, ਇਹ ਇਹਨਾਂ ਨੂੰ ਕੁਛ ਨਹੀਂ ਕਹਿਣਾ ਚਾਹੁੰਦਾ, ਇਹ ਸਰਕਾਰ ਮਾੜੀ ਹੈ, ਪਬਲਿਕ ਦਾ ਕੋਈ ਕਸੂਰ ਨਹੀਂ ਇਸਮੈਂ, ਇਹ ਸਰਕਾਰ ਹੀ ਕਰਦੀ ਹੈ ਬਾਈ, ਪਬਲਿਕ ਕਿਸ ਨੂੰ ਸ਼ੌਕ ਹੈ ਰੋਡ ਪੇ ਆਉਣੇ ਕਾ? ਸਰਕਾਰ ਗਲਤ ਕਰਦੀ ਤਾਂ ਤਾਂ ਰੋਡ ਪੈ ਆਉਂਦਾ ਬੰਦਾ।
ਭਾਈ ਸਰਕਾਰ ਹੀ ਖਤਮ ਹੈ, ਸਰਕਾਰ ਹੀ ਬਦਲੋ। ਸਾਨੂੰ ਹੋ ਗਿਆ ਵੀਰੇ ਅੱਧਾ ਘੰਟਾ ਹੋ ਗਿਆ ਟ੍ਰੈਫਿਕ 'ਚ, ਪਰੇਸ਼ਾਨੀ ਆ ਰਹੀ ਹੈ ਜੀ। ਲੱਗਦਾ ਪ੍ਰਦਰਸ਼ਨ ਦਾ ਤਰੀਕਾ ਬਦਲਣਾ ਚਾਹੀਦਾ ਭਾਜੀ, ਆਪਾਂ ਕੀ ਕਰ ਸਕਦੇ ਹਾਂ। ਦੇਖੋ ਯਾਰ, ਹੁਣ ਪ੍ਰਸ਼ਾਸਨਿਕ ਅਧਿਕਾਰੀਆਂ ਜਾਂ ਜਿਹੜੇ ਰਾਜਨੀਤਿਕ ਲੋਕ ਉਹਨਾਂ ਦੇ ਕੋਠੀਆਂ ਦੇ ਅੱਗੇ ਨਹੀਂ ਪ੍ਰਦਰਸ਼ਨ ਕਰਨਾ ਚਾਹੀਦਾ। ਜੀਜੂ ਤੁਸੀਂ ਦਓ ਯਾਰ ਭਾਜੀ, ਯਾਰ ਮੈਂ ਫਸੇ ਤਾਂ ਹੋਇਆ ਦੇਖੋ ਟ੍ਰੈਫਿਕ 'ਚ, ਦੇਖੋ ਇੰਨਾ ਮੈਂ ਕਹਿ ਸਕਦਾ, ਪਰੇਸ਼ਾਨੀ ਤਾਂ ਭਾਜੀ ਹੋ ਰਹੀ ਹੈ। ਦੇਖੋ ਸਮੱਸਿਆ ਤਾਂ ਖੁਸ਼ ਕੌਣ ਹੁੰਦਾ ਜੀ, ਕੋਈ ਨਹੀਂ ਹੁੰਦਾ ਸਮੱਸਿਆ ਤਾਂ ਖੁਸ਼। ਰਾਜਨੀਤਿਕ ਲੋਕ ਇਹਨਾਂ ਦਾ ਹੱਲ ਕਰ ਸਕਦੇ ਆ, ਇਹ ਪ੍ਰਦਰਸ਼ਨ ਤਰੀਕਾ ਸਹੀ ਨੀਗਾ, ਨਹੀਂ ਕਰਨੀ ਚਾਹੀਦੀ। ਨਾਲੇ ਇਹ ਵੀ ਪਰੇਸ਼ਾਨ ਹੋ ਰਹੇ ਆ ਤੇ ਅਸੀਂ ਵੀ ਪਰੇਸ਼ਾਨ ਹੋ ਰਹੇ ਆ। ਟ੍ਰੈਫਿਕ ਤਾਂ ਭਾਈ ਯਾਰ ਤੰਗ ਤਾਂ ਹੋ ਰਹੇ ਆ, ਪਰ ਠੀਕ ਹੈ, ਹੋ ਗਿਆ ਮੈਨੂੰ ਡੇਢ ਘੰਟੇ ਅੰਗੂ ਹੋ ਗਿਆ ਆਰਾਮਦਾਰੀ ਨਾਲ ਪਿੱਛੇ ਤੋਂ ਆ ਜਾਮ। ਬਸ ਠੀਕ ਆ ਬਾਈ, ਹਾਂ ਹਾਂ ਉੱਥੇ ਕਰਨਾ ਚਾਹੀਦਾ, ਇੱਥੇ ਆਮ ਪਬਲਿਕ ਨੂੰ ਨਹੀਂ ਡਿਸਟਰਬ ਕਰਨਾ ਚਾਹੀਦਾ ਇਹਨਾਂ ਨੂੰ। ਬਹੁਤ ਬਹੁਤ